ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਬਟਨ ਤੇ ਵੀ ਕਲਿੱਕ ਕਰਨਾ ਨਾ ਭੁੱਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦੀਪ ਸਿੰਘ ਖਾਲਸਾ ਫੌਜ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਹੋਏ ਸਾਧ ਸੰਗਤ ਜੀ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਆ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰਾ ਕਲਯੁੱਗ ਆ ਚੁੱਕਿਆ ਆ। ਜਾਂ ਤਾਂ ਧੀਆਂ ਭੈਣਾਂ ਛੁੱਟੀਆਂ ਦੇ ਨਾਲ ਬਲਾਤਕਾਰ ਜਾਂ ਨਸ਼ਾਖੋਰੀ ਜਾਂ ਮਾਰ ਧਾਰ ਜਾਂ ਚੋਰੀ ਚਕਾਰੀ, ਇੱਦਾਂ ਦੇ ਕੰਮ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਹੋ ਰਹੇ ਆ, ਜਿਹੜਾ ਕਿ ਸਾਡੀ ਸਰਕਾਰ ਗਵਰਨਮੈਂਟ ਇਸ ਚੀਜ਼ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ। ਅਤੇ ਜਿਹੜੇ ਦੋਸ਼ੀ ਆ ਅਤੇ ਗਰੋਹੀ ਆ ਉਹ ਆਪਣੇ ਕਰਮ ਕਰੀ ਜਾਂਦੇ ਆ, ਅਤੇ ਉਹਨਾਂ ਦਾ ਹੋਰ ਵੀ ਉਹਨਾਂ ਨੂੰ ਇਸ ਚੀਜ਼ ਵੱਲ ਬੜਾਵਾ ਮਿਲਦਾ ਜਦੋਂ ਕੋਈ ਸਰਕਾਰ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਕਰਦੀ। ਜਿਵੇਂ ਕਿ ਅਜਨਾਲਾ ਦੇ ਪਿੰਡ ਤੇੜਾ ਕੁਰਦ ਪਿੰਡ, ਜਿੱਥੇ ਕਿ ਇੱਕ ਅੱਧ ਖੜ ਤੋਂ ਵੀ ਜ਼ਿਆਦਾ ਉਮਰ ਦਾ ਬੰਦਾ ਸੀ, ਜਿਹੜਾ ਕਿ ਬਹੁਤ ਹੀ ਬੇਵਕੂਫ਼ ਇਨਸਾਨ ਸੀ, ਜਿਹੜਾ ਕਿ ਬਾਹਰਲੀਆਂ ਜਨਾਨੀਆਂ ਜਿਹੜੀਆਂ ਆਉਂ ਫਰਾਉਂ ਉਹਨਾਂ ਦੇ ਮਗਰ ਲਾ ਕੇ ਉਹਨੇ ਆਪਣਾ ਘਰ ਖਰਾਬ ਕਰ ਲਿਆ ਅਤੇ ਆਪਣੀ ਜ਼ਿੰਦਗੀ ਖਰਾਬ ਕਰ ਲਈ ਆ। ਦੋ ਪੁੱਤਰ ਮਾਰਤੇ, ਇੱਕ ਬੱਚੀ ਮਾਰ ਦਿੱਤੀ ਆ, ਇੱਕ ਆਪਣਾ ਘਰਵਾਲੀ ਨੂੰ ਮਾਰ ਦਿੱਤਾ। ਚੌਂ ਜਾਣਿਆਂ ਦੀ ਹੱਤਿਆ ਕਰਕੇ ਉਸ ਸ਼ਦਾਈ ਨੂੰ, ਬੇਵਕੂਫ ਨੂੰ, ਕੰਜਰ ਬੰਦੇ ਨੂੰ ਕੀ ਮਿਲਿਆ ਜਿਹੜਾ ਕਿ ਇੰਨਾ ਮਾੜਾ ਉਹਨਾਂ ਗਰੀਬਾਂ ਦੇ ਨਾਲ ਕੀਤਾ, ਆਪਣੇ ਬੱਚਿਆਂ ਦੇ ਨਾਲ ਏਡਾ ਜ਼ੁਲਮ ਕੀਤਾ ਕਿ ਇਸ ਚੀਜ਼ ਨੂੰ ਜਦੋਂ ਆਪਾਂ ਕਿਸੇ ਨੂੰ ਦੱਸਦੇ ਹਾਂ ਤਾਂ ਅਗਲੇ ਦੇ ਅੱਖਾਂ ਦੇ ਵਿੱਚੋਂ ਰੋਣ ਨਿਕਲ ਆਉਂਦਾ ਵੀ ਭਾਈ ਬੜੀ ਹੀ ਮਾੜੀ ਗੱਲ ਆ। ਜਿਹੜੀਆਂ ਜਨਾਨੀ, ਜਿਹੜੀ ਵੀ ਜਨਾਨੀ ਆਪਣੇ ਘਰ ਨੂੰ ਛੱਡ ਕੇ ਬਾਹਰ ਕਿਸੇ ਦੇ ਨਾਲ ਸੰਪਰਕ ਰੱਖਦੀ ਆ, ਉਹ ਜਨਾਨੀ ਕਦੀ ਕਿਸੇ ਦੀ ਬਣੀ ਆ? ਕਦੀ ਵੀ ਨਹੀਂ ਬਣੀ। ਭਾਵੇਂ ਕੋਈ ਜਿੰਨਾ ਮਰਜ਼ੀ ਕਰੇ ਕਿਸੇ ਦੇ ਨਾਲ ਤੇ ਮੋਹ, ਇਹ ਝੂਠੇ ਮੂਠੇ ਪ੍ਰੇਮ ਪਿਆਰ ਦੇ ਜਾਲਾਂ ਦੇ ਵਿੱਚ ਆਪਣੇ ਆਪ ਨੂੰ ਫਸਾ ਕੇ ਅਤੇ ਆਪਣੀ ਜਨਾਨੀ, ਆਪਣੇ ਬੱਚੇ, ਘਰ ਬਾਰ, ਤੇ ਮੋਹ ਸਾਰਾ ਕੁਛ ਛੱਡ ਕੇ ਅਤੇ ਉਹਨੇ ਆਪਣੇ ਬੱਚਿਆਂ ਦੀ ਮੌਤ ਕਰ ਦਿੱਤੀ ਆ, ਜਿਹੜਾ ਕਿ ਬਹੁਤ ਦੁੱਖਦਾਈ ਘਟਨਾ ਆ। ਸੁਣ ਕੇ ਬਹੁਤ ਮਨ ਨੂੰ ਦੁੱਖ ਲੱਗਾ ਅਤੇ ਬਹੁਤ ਠੇਸ ਲੱਗਾ ਆ, ਕਿਉਂਕਿ ਜੇਕਰ ਮੰਨਿਆ ਜਾਵੇ ਤਾਂ ਉਹ ਬੱਚੇ, ਉਹ ਘਰਵਾਲੀ ਬੰਦੇ ਦੇ ਦੁੱਖ ਦਰਦ ਦੇ ਵਿੱਚ ਜਿਨ੍ਹਾਂ ਨੇ ਸਾਥ ਦੇਣਾ ਸੀ, ਜਿਨ੍ਹਾਂ ਬੱਚਿਆਂ ਨੇ ਉਹਨੂੰ ਸਾਰੀ ਉਮਰ ਵਡੇਪਾ ਉਹਦਾ ਕਟਾਉਣਾ ਸੀ ਅਤੇ ਜਿਹਨੂੰ ਉਹ ਬੰਦੇ ਨੂੰ ਸਾਂਭਣਾ ਸੀ, ਅਤੇ ਪਰ ਉਹ ਬੰਦੇ ਬੇਵਕੂਫ ਨੇ, ਸ਼ਦਾਈ ਨੇ ਬਹੁਤ ਹੀ ਮਾੜਾ ਕੰਮ ਕੀਤਾ ਆ। ਇੱਕ ਵਿਸ਼ੇ ਦੇ, ਇੱਕ ਕਾਮ ਦੀ ਅੱਗ ਦੇ ਵਿੱਚ ਇੰਨਾ ਹੀ ਉਹ ਭਸਮ ਹੋ ਗਿਆ ਕਿ ਉਹਨੇ ਸਾਰਾ ਕੁਛ ਭੁੱਲ ਹੀ ਗਿਆ ਆਪਣੇ ਆਪ ਨੂੰ। ਮੈਂ ਆਪਣੇ ਹੋਰ ਵੀ ਵੀਰਾਂ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ, ਵੀਰੋ ਇਹ ਕਾਮ ਦੀਆਂ ਵਿਸ਼ਾਵਾਂ ਦੀਆਂ ਅੱਗਾਂ ਦੇ ਵਿੱਚ ਆਪਣੇ ਆਪ ਨੂੰ ਗੁਲਤਾਨ ਨਾ ਕਰੋ, ਨਸ਼ਿਆਂ 'ਚ ਨਾ ਗੁਲਤਾਨ ਕਰੋ, ਜਿਹੜਾ ਕਿ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਅਤੇ ਹੋਰ ਵੀ ਆਉਣ ਵਾਲੇ ਸਮੇਂ ਭਵਿੱਖ ਦੇ ਵਿੱਚ ਕਿਸੇ ਦਾ ਨੁਕਸਾਨ ਹੋ ਸਕੇ। ਬਹੁਤ ਹੀ ਮਾੜੀ ਗੱਲ ਹੋਈ ਆ, ਅਤੇ ਜੇਕਰ ਕਿਸੇ ਨੂੰ ਇਸ ਚੀਜ਼ ਦੇ ਬਾਰੇ ਪਤਾ ਵੀ ਹੋਵੇ ਤਾਂ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਜ਼ਰੂਰ ਦੇਵੇ ਕਿ ਭਾਈ ਇਸ ਦੇ ਘਰ ਆਹ ਖਿਚੜੀ ਪੱਕ ਰਹੀ ਆ, ਤਾਂ ਜੋ ਉਹਨੂੰ ਸੋਧਾ ਲਾ ਕੇ ਪੁਲਿਸ ਸਿੱਧੇ ਰਸਤੇ 'ਤੇ ਲਿਆਵੇ ਅਤੇ ਕਿਸੇ ਗਰੀਬ ਦਾ, ਕਿਸੇ ਗਰੀਬਣੀ ਦਾ, ਕਿਸੇ ਬੱਚਿਆਂ ਦਾ ਘਰ ਬਚ ਜਾਵੇ ਅਤੇ ਕਿਸੇ ਅਣਜਾਣੇ ਬੱਚਿਆਂ ਦੀ ਮ੍ਰਿਤਿਊ ਨਾ ਹੋ ਸਕੇ। ਇਸ ਦੇ ਅੱਗੇ ਮੈਂ ਇੰਨਾ ਹੀ ਬੇਨਤੀ ਕਰਦਾ ਹਾਂ ਕਿ ਵੀਰੋ ਭਰਾਓ, ਆਪਣੇ ਪੰਜਾਬ ਨੂੰ ਬਚਾਓ, ਆਪਣੇ ਜਵਾਨੀਆਂ ਨੂੰ ਬਚਾਓ, ਨਸ਼ੇ ਤਿਆਗੋ, ਗੁਰੂ ਵਾਲੇ ਬਣੋ ਅਤੇ ਕੇਸਾ ਧਾਰੀ ਅਤੇ ਅੰਮ੍ਰਿਤ ਛਕੋ, ਇਹੋ ਜਿਹੇ ਕੰਮਾਂ ਤੋਂ ਬਚੋ। ਜਿਹੜਾ ਬੰਦਾ ਇਹੋ ਜਿਹੇ ਕੰਮ ਕਰਦਾ ਆ
ਉਸ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਆਪ ਕਰਵਾਓ। ਗੌਰਮੈਂਟ ਨੂੰ, ਪੁਲਿਸ ਨੂੰ ਦੱਸੋ, ਜੇਕਰ ਪੁਲਿਸ ਤੁਹਾਡੀ ਨਹੀਂ ਸੁਣਵਾਈ ਕਰਦੀ ਤਾਂ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਦੱਸੋ, ਸਿੱਖ ਪੰਥ ਤੁਹਾਡੀ ਮਦਦ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਨਾਲ ਲੱਗਦੇ ਬੈਲ ਦੇ ਬਟਨ 'ਤੇ ਵੀ ਕਲਿੱਕ ਕਰਨਾ ਨਾ ਭੁੱਲਿਓ।